ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇ। ਇਸ ਮੌਕੇ ਤੇ ਉਹਨਾਂ ਦੇ ਨਾਲ ਪੰਜਾਬ ਦੇ ਸਪੀਕਰ ਰਾਣਾ ਕੇਪੀ ਸਿੰਘ ਵੀ ਮੌਜੂਦ ਰਹੇ। ਇਸ ਮੌਕੇ ਤੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਇੱਥੇ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਉਪਰਾਲੇ ਕਰੇਗੀ। ਉਹਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਤਖਤ ਸਾਹਿਬਾਨਾਂ ਦਾ ਸਰਕਟ ਵੀ ਬਣਾਇਆ ਜਾਵੇਗਾ। ਕੋਈ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਅਨੰਦਪੁਰ ਸਾਹਿਬ ਦੇ ਵਿੱਚ ਕੋਈ ਇੰਨਾ ਜ਼ਿਆਦਾ ਫਰਕ ਨਹੀਂ ਹੈ ਕਿਉਂਕਿ ਤਿੰਨੇ ਤਖਤਾਂ ਦੇ ਵਿੱਚੋਂ, ਠੀਕ ਹੈ। ਲੇਕਿਨ ਅਸੀਂ ਭਾਵਨਾਤਮਕ ਤੌਰ ਦੇ ਉੱਤੇ ਉਹ ਸੁਵਿਧਾ ਨਹੀਂ ਦੇ ਸਕਦੇ ਉਹਨਾਂ ਲੋਕਾਂ ਨੂੰ। 1 ਲੱਖ ਤੋਂ ਉੱਤੇ ਬੰਦਾ ਉੱਥੇ ਆਉਂਦਾ, ਇੱਥੇ ਵੀ ਘੱਟ ਤੋਂ ਘੱਟ ਨਹੀਂ 10 ਤੋਂ 15 ਹਜ਼ਾਰ ਬੰਦਾ ਆਉਂਦਾ ਹੋਣਾ ਸੀਜ਼ਨ ਦੇ ਵਿੱਚ, ਠੀਕ ਹੈ। ਸੀਜ਼ਨ ਦੇ ਵਿੱਚ ਤਾਂ 25 ਵੀ ਹੋ ਜਾਂਦਾ ਹੋਣਾ। ਦੱਸੋ ਉਹਨਾਂ ਨੂੰ ਕੀ ਸੁਵਿਧਾ, ਉਹ ਕੀ ਇੰਪਰੈਸ਼ਨ ਲੈ ਕੇ ਜਾਂਦੇ। ਸੋ ਸਾਡੀ ਸਰਕਾਰ ਦਾ ਜਿਹੜਾ ਮਨਸੂਬਾ ਹੈ ਉਹ ਇਹ ਹੈ ਕਿ ਇੱਕ ਤਾਂ ਸੈਲਫ ਸਸਟੇਨਿੰਗ ਸਮਸਤ ਉੱਨਤੀ ਦਾ ਆਧਾਰ ਹੈ ਆਤਮ ਨਿਰਭਰਤਾ, ਕਿ ਜਿਹੜਾ ਬੰਦਾ ਆਤਮ ਨਿਰਭਰ ਹੈ, ਸੈਲਫ ਰਿਲਾਇੰਟ ਹੈ, ਉਹੀ ਚੱਲਣਾ। ਸੋ ਕੋਈ ਇਹ ਜਦੋਂ ਦਿਖਾਉਂਦੇ ਹਾਂ, ਕੋਈ ਨੂੰ ਚਲਾਉਣ ਦੇ ਕੋਈ ਰਿਸੋਰਸਿਸ ਵੀ ਹੋਣੇ ਚਾਹੀਦੇ ਜਿਹੜੇ ਸੈਲਫ ਜਨਰੇਟਿੰਗ ਹੋਣ, ਸੈਲਫ ਜਨਰੇਟਿੰਗ ਹੋਣ। ਅਸੀਂ ਉਸੇ ਪੋਲਿਸੀ ਦੇ ਅਧੀਨ ਤਖਤਾਂ ਦਾ ਸਰਕਟ ਵੀ ਬਣਾਉਣਾ।